ਮਿੰਟੂ ਜੀ ਕਹਿੰਦੇ ਕਿ ਬਾਈ ਹੁਣ ਜਿਹੜੇ ਛੜੇ ਆ ਉਹ ਛੜੱਪੇ ਮਾਰੀ ਜਾਂਦੇ ਉਹ ਕਹਿੰਦੇ ਕਿ ਬਾਈ ਨਿਆਰਾ ਆ ਗਿਆ ਸਾਡੀ ਪੈਨਸ਼ਨ ਲੱਗ ਰਹੀ ਹੈਗੀ ਤੇ ਬਾਈ ਛੜਿਆਂ ਦਾ ਤਾਂ ਪੂਰਾ ਤੁਸੀਂ ਜੇ ਦੇਖੋਗੇ ਤੇ ਛੜਿਆਂ ਦਾ ਤਾਂ ਪੂਰਾ ਇਸ ਵੇਲੇ ਮਜ਼ਾਜ ਖੁਸ਼ ਆ ਵੈਸੇ ਖਬਰੇ ਹੌਲੀ 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 ਉੱਠ ਕੇ ਆਈ ਉੱਪਰ ਹਾਂ ਜੀ ਨਹੀਂ ਪਹਿਲਾਂ ਚਾ ਸੀਗੀ ਨਾ ਕਿ ਦੇ ਸਕਦੇ ਐਦਾਂ ਦੀ ਸੌਹਲਤ ਦੇ ਸਕਦੇ ਆ ਜੀ ਅੱਛਾ ਤੇ ਆਪ ਵੀ ਤਾਂ ਛੜੇ ਹੀ ਨੇ ਘਟਰ ਸਾਹਿਬ ਛੜ ਭਾਜ ਭਾਜ ਤਾਂ ਜ਼ਿਆਦਾ ਛੜੇ ਹੀ ਐ ਮੈਂ ਕਹਿੰਦਾ ਪਹਿਲੇ ਸਾਫ ਕਰ ਦਈਏ ਕਿਤੇ ਆਪਣੇ ਵਾਲੇ ਇਧਰਲੇ ਪਾਸੇ ਵਾਲੇ ਖੁਸ਼ ਹੋ ਜਾਈਆਂ ਬਈ ਹਰਿਆਣੇ ਵਾਲੇ ਵਾਸਤੇ ਸੁਵਿਧਾ ਫਿਲਹਾਲ ਤਾਂ ਹਾਂ ਤੁਸੀਂ ਕਿਤੇ ਕਹੋ ਕਿ ਆ ਵੀ ਮੈਂ ਵੀ ਛੜ ਆਇਆ ਕਿਤੇ ਕੱਲ ਨੂੰ ਕਿਤੇ ਫਾਰਮ ਭਰਨ ਬੈਜੋਗੇ ਤੇ ਆਖੋ ਬਾਈ ਚਲੋ ਚੱਲ ਗਏ ਨਹੀਂ ਹੋਦਾ ਨਹੀਂ ਉਥੋਂ ਦੇ ਛੜਿਆਂ ਦੀ ਬਈ ਹੁਣ ਪੂਰੀ ਚਾਂਦੀ ਹੋਈ ਵੈਸੇ ਕਹਿੰਦੇ ਹੁੰਦੇ ਨਾ ਛੜੇ ਛੜੇ ਨਾ ਆਖੇ ਲੋਕੋ ਛੜੇ ਬੜੇ ਗੁਣਕਾਰੀ ਜੀ ਨਾ ਇਹਨਾਂ ਨੂੰ ਫੋੜਾ ਫਿੰਸੀ ਨਾ ਕੋਈ ਨਿਕਲੇ ਬਿਮਾਰੀ ਜੀ ਦੇਸੀ ਘਿਓ ਦੇ ਖਾਣ ਪਰੌਂਠੇ ਨਾਲ ਮੁਰਗੇ ਦੀ ਤਕਰਾਰੀ ਇਹਨਾਂ ਛੜਿਆਂ ਦੀ ਦੁਨੀਆ ਉੱਤੇ ਸਰਦਾਰੀ ਤੇ ਇਹ ਇਤੇ ਆਵਾਜਪਾਈ ਸਾਹਿਬ ਕੌਣ ਸਨ ਜੀ ਉਹ ਵੀ ਦੇ ਛੜੇ ਸੀ ਆ ਮੋਦੀ ਸਾਹਿਬ ਵੀ ਚਲੋ ਵਿਆਹ ਹੋ ਗਿਆ ਬਾਅਦ ਦੇ ਵਿੱਚ ਇਹ ਵੀ ਛੜੇ ਬਣ ਗਏ ਜੀ ਯੋਗੀ ਦੇ ਤਿਆਨਾਥ ਇਹਨਾਂ ਦੇ ਤਾਂ ਬਥੇਰੇ ਛੜੇ ਆ ਤੇ ਛੜਿਆਂ ਦੀ ਇਹਨਾਂ ਨੇ ਸੁਣ ਲਈ ਆ ਜੀ ਅੱਛਾ ਉਹਦੇ ਪਿੱਛੇ ਵੀ ਚਲੋ ਇਹਨਾਂ ਨੇ 27500 ਪੈਨਸ਼ਨ ਦਾ ਐਲਾਨ ਕਰ ਦਿੱਤਾ ਕਿ ਭਾਈ ਜਿਹੜਾ 45 ਤੋਂ 60 ਦੇ ਦਰਮਿਆਨ ਆ ਪੌਣੇ ਕੋ 2 ਲੱਖ ਜੀ ਦੀ ਇਨਕਮ ਆ ਉਹਨੂੰ ਅਸੀਂ 27500 ਰੁਪਿਆ ਦੇਵਾਂਗੇ ਇਸ ਤੋਂ ਇਲਾਵਾ ਇਹ ਵੀ ਆ ਆਪਾਂ ਪੰਜਾਬੀ ਚ ਜਿਹੜਾ ਸ਼ਬਦ ਇਸਤੇਮਾਲ ਕਰਦੇ ਨੇ ਕੋਈ ਬੰਦਾ ਜੀ ਰੰਡਾ ਹੋ ਗਿਆ ਹੁਣ ਹਿੰਦੀ ਵਾਲੇ ਤੇ ਵਿਦੋਰੀ ਕਹਿ ਦਿੰਦੇ ਆ ਜੀ ਜਨਾਨੀ ਨੂੰ ਵੀ ਤਾਂ ਬੰਦੇ ਨੂੰ ਜੀ ਤੇ ਸਾਡੇ ਕੋਲ ਤੇ ਕੋਈ ਸ਼ਬਦ ਹੋਣਾ ਨਹੀਂਗਾ ਜੀ ਵਿਧਵਾ ਦੇ ਉਲਟ ਅਸੀਂ ਕਹਿ ਸਕੀਏ ਤੇ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਦੇਵਾਂਗੇ ਜੀ 40 ਤੋਂ 60 ਦੇ ਦਰਮਿਆਨ ਜੀ ਉਹਨਾਂ ਨੂੰ ਵੀ ਮਿਲੇਗੀ ਪੈਨਸ਼ਨ ਜੀ ਤੇ ਅਣਵਿਅਹੁਤਾ ਜਿਹੜੇ ਹੈਗੇ ਆ ਉਹ ਭਾਵੇਂ ਫੇ ਫੀਮੇਲ ਆ ਭਾਵੇਂ ਮੇਲ ਆ ਦੋਨਾਂ ਨੂੰ ਪੈਸੇ ਮਿਲੂਗੇ ਜੀ ਅਸਲ ਦੇ ਵਿੱਚ ਨਾ ਇਹ ਇੱਕ ਸੋਸ਼ੀਲੀ ਵੀ ਥੋੜਾ ਨਾ ਹੈਗਾ ਸੋਚਣ ਦਾ ਵਿਸ਼ਾ ਮਾਨ ਸਾਹਿਬ 2020 ਚ ਇੱਕ ਰਿਪੋਰਟ ਆਈ ਸੀਗੀ ਜੀ 2020 ਚ ਇੱਕ ਰਿਪੋਰਟ ਆਈ ਹਰਿਆਣਾ ਦੀ ਕਿ ਉਸ ਵੇਲੇ ਵੱਖ-ਵੱਖ ਰਾਜਾਂ ਚੋਂ ਆਈਆਂ ਜੀ ਜਿਹੜੀਆਂ ਮੁੱਲ ਖਰੀਦੀਆਂ ਸੀਗੀਆਂ ਤੀਮੀਆਂ ਉਹਨਾਂ ਦੀ ਗਿਣਤੀ 35000 ਹੈ। ਅੱਛਾ ਜੀ। ਕਿਉਂ? ਕਿਉਂਕਿ ਹਰਿਆਣੇ ਦਾ ਆਪਣੇ ਨਾਲੋਂ ਵੀ ਪੜਾ ਹਾਲ ਸੀਗਾ ਨਾ ਜੋ ਲਿੰਗ ਅਨੁਪਾਤ ਹੈ। ਜੀ। ਮੁੰਡਿਆਂ ਦੇ ਬਰੋਬਰ ਕੁੜੀਆਂ 2011 ਚ ਦੇਖੋਗੇ ਤੇ ਮੇਰੇ ਖਿਆਲ ਦੇ ਨਾਲ 800 ਤੋਂ ਕੁਛ ਉੱਤੇ ਸੀ। ਪਤਾ ਨਹੀਂ 879 ਤਾਂ ਹੁਣ ਤਾਂ ਥੋੜਾ ਸੁਧਾਰ ਹੋਇਆ ਪਰ ਉਸ ਤੋਂ ਪਿੱਛੇ ਜਾਓਗੇ ਤਾਂ ਉਸ ਤੋਂ ਵੀ ਪੈੜੀ ਰੇਸ਼ਿਓ ਸੀਗੀ। ਜੀ। ਤਾਂ ਉਹਦੇ ਚੱਲਦਿਆਂ ਛੜਿਆਂ ਦੀ ਗਿਣਤੀ ਉੱਥੇ ਦੱਸਦੇ ਆ ਕਿ ਸਵਾ ਲੱਖ ਦੇ ਕਰੀਬ ਹੈ ਇਸ ਵੇਲੇ ਜੀ ਜਿਨ੍ਹਾਂ ਨੂੰ ਇਹ ਲਾਭ ਮਿਲ ਸਕਦਾ ਹੈ ਸਾਬ ਲਾ ਲਓ ਸਵਾ ਲੱਖ ਕਿਉਂਕਿ ਪਿੱਛੇ ਜਿਵੇਂ ਜਿਵੇਂ ਪਿੱਛੇ ਜਾਈ ਜਾਓਗੇ ਤਾਂ ਉਹ ਅੰਕੜਾ ਜਿਹੜਾ ਹੈ ਨਾ ਉਹ ਬਹੁਤ ਵੱਡਾ ਬਣਦਾ ਜਾਏਗਾ ਜਿਵੇਂ ਜਿਵੇਂ ਹੁਣ ਆਪ ਅੱਗੇ ਤੁਰੇ ਆਉਨੇ ਆ ਇਹ ਇਹ ਅਨੁਪਾਤ ਜਿਹੜਾ ਸੀਗਾ ਇਹ ਰੇਸ਼ਿਓ ਜਿਹੜੀ ਸੀ ਉਹ ਠੀਕ ਹੋ ਰਹੀ ਹੈ ਤਵਾਜ਼ਨ ਠੀਕ ਹੋ ਰਿਹਾ ਜਿਵੇਂ ਆਪਣੇ ਪੰਜਾਬ ਨੂੰ ਵੀ ਵਿੱਚੋ ਜਿੱਤੇ ਕੁੜੀ ਮਾਰ ਕਹਿਣ ਲੱਗ ਪਏ ਸੀਗੇ ਹਾਂਜੀ ਪਰ ਅੱਜ ਅੱਜ ਸਭ ਕੁਝ ਠੀਕ ਹੈ ਹਾਂਜੀ ਵਧੀਆ ਕੱਲਣਾ ਬਹੁਤ ਇੰਕ੍ਰੀਮੈਂਟ ਹੈ ਹਾਂਜੀ ਹਾਂਜੀ ਵਧੀਆ ਪ੍ਰੋਗਰੈਸ ਐਸ ਮਾਮਲੇ ਦੇ ਵਿੱਚ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੇਸਿਕਲੀ ਇੱਕ ਸਮਾਜਿਕ ਸਮੱਸਿਆ ਰਹੀ ਆ ਉੱਥੇ ਜੀ ਤਾਂ ਜਿਹਨੂੰ ਹੁਣ ਇਹਨਾਂ ਨੇ ਪਛਾਣਿਆ ਵੀ ਉਹਦੇ ਚ ਇਹ ਆ ਕਿ ਲੱਖ ਕੋ ਵੋਟੇ ਵੀ ਪੱਕੀ ਕਰੋ ਫਿਰ ਜੀ ਪੈਨਸ਼ਨ ਤਾਂ ਵੈਸੇ ਵੀ ਤੁਹਾਨੂੰ ਪਤਾ ਨਾ ਹਰਿਆਣੇ ਵਾਲੇ ਥੋੜਾ ਹੱਥ ਖੁੱਲਾ ਰੱਖਦੇ ਆ ਜੀ ਆ ਸਾਡੇ ਵਾਲੇ ਤੋਂ ਬਸ ਤੁਹਾਨੂੰ ਪਤਾ ਹੀ ਆ ਲਾਰੇ ਲੂਰੇ ਲਾ ਕੇ ਬਾਅਦ ਚ ਇਹਨਾਂ ਨੇ ਥੋੜੀ ਬਹੁਤੀ ਵਧਾਈ ਸੀਗੀ ਜੀ ਤੇ ਕਈ ਵਾਰ ਉਹ ਵਧੀ ਹੋਈ ਆਉਂਦੀ ਹੋਈ ਨਹੀਂ ਉਹ ਵਾਧੇ ਹੀ ਪੈ ਜਾਂਦੀ ਆ ਜੀ ਆ ਉਥੇ ਹਾਲਾਤ ਨੇ ਕਿਉਂਕਿ ਹੁਣ ਇਲੈਕਸ਼ਨ ਸਿਰ ਤੇ ਆ ਹਰਿਆਣੇ ਵਾਲਾ ਤਿਆਰੀ ਕਰ ਰਿਹਾ ਵੱਖ-ਵੱਖ ਵਰਗਾਂ ਨੂੰ ਆਪਣੇ ਨਾਲ ਜੋੜੀਏ ਕਿਉਂ ਕਿਉਂਕਿ ਉਥੇ जाट ਤਬਕਾ ਜਿਹੜਾ ਉਹ ਇਹਨਾਂ ਦੇ ਨਾਲ ਨਾਰਾਜ਼ ਹੈ ਜੀ ਇਸ ਕਰਕੇ ਉਹਨਾਂ ਵਾਸਤੇ ਸਾਰੇ ਵਰਗਾਂ ਚੋਂ ਜੋ ਵੀ ਮਤਲਬ ਕਿ ਗੁੱਛਾ ਆਪਣੇ ਪਾਸੇ ਡਿੱਗਦਾ ਤੇ ਉਹਨਾਂ ਲਈ ਤਲਾਬ ਦਾ ਗਿਆ ਜੀ 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 ਬਿਲਕੁਲ ਬਿਲਕੁਲ ਜੀ ਤੇ ਇਸ ਦਰੋਂ ਜੇ ਮੈਂ ਇੱਕ ਦਾ ਕਮੈਂਟ ਲੈ ਲੈਂਦਾ ਜੀ ਫਿਰ ਤਾਂ ਕਹਿੰਦੇ ਕਿ ਛੜਿਆ ਨਾ ਡੰਡਾ ਪੂਰਾ ਫੁੱਲ ਚੱਲੂ ਜੀ ਘਰੇ ਜੀ ਕਹਿੰਦੇ ਕਿ ਤੇ ਹੋਰ ਦਾ ਬਾਈ ਤੇ ਇੱਕ ਮਿੰਟ ਜੋ ਉੱਪਰ ਕਮੈਂਟ ਆ ਰਿਹਾ ਸੀਗਾ ਜੀ ਇਹ ਸਤੂਰੇ ਕਨੇਡੀ ਜੀ ਸਤਿ ਸ਼੍ਰੀ ਅਕਾਲ ਕੈਨੇਡਾ ਤੋਂ ਦੇਖ ਰਿਹਾ ਮੈਂ ਇੱਕ ਕਹਿੰਦੇ ਕਿ ਜਰਾ ਪਲੀਜ਼ ਐਕਸਪਲੇਨ ਕਰੋ ਜੇ ਪੋਸੀਬਲ ਆ ਤਾਂ ਕਹਿੰਦੇ ਕਿ ਪੰਜਾਬ ਗਵਰਨਮੈਂਟ ਜਿਹੜੀ ਉਹ ਮਨੀਸ਼ ਮਨੀਸ਼ ਐਂਡ ਜੈਨ ਲੈਰਸ ਨੇ ਐਡਵੋਕੇਟਸ ਨੇ ਉਹਨਾਂ ਨੂੰ ਪੇ ਕਰ ਰਹੀ ਹੈ ਕੋਈ ਚੀਜ਼ ਦਾ ਬਾਈ ਕਾਰਾ ਪੇ ਕਰ ਰਹੀ ਹੈ ਜਰਾ ਤਾਂ ਜੇ ਤਾਂ ਥੋੜਾ ਸਾਫ ਕਰ ਦਿਓ ਹਾਂ ਇਦਾਂ ਨਹੀਂ ਪਤਾ ਲੱਗੇਗਾ ਕਿਹੜਾ ਲਾਅਰ ਹੈ ਦੇਖੋ ਗੱਲ ਕੀ ਹੈ ਕਿ ਮੈਂ ਤੁਹਾਨੂੰ ਦੱਸ ਦਿੰਦਾ ਜੀ ਜਿਹੜਾ ਏਜੀ ਦਫ਼ਤਰ ਹੁੰਦਾ ਹੈ ਨਾ ਐਡਵੋਕੇਟ ਜਰਨਲ ਦਾ ਦਫ਼ਤਰ ਹੁੰਦਾ ਹੈ ਜੀ ਉਹਦੇ ਵਿੱਚ ਇੱਕ ਤਾਂ ਆਪਣੀ ਹੁੰਦੀ ਹੈ ਨਾ ਜਿਹੜੀ ਟੀਮ ਬਣਾ ਦਿੱਤੀ ਜੀ ਜੋ ਵੀ ਉੱਥੇ ਇਹਨਾਂ ਨੇ ਨਿਯੁਕਤ ਕਰ ਦਿੱਤੇ ਜੀ ਇੱਕ ਕੀ ਹੁੰਦਾ ਹੈ ਕਿ ਖਾਸ ਮੌਕਿਆਂ ਤੇ ਫਿਰ ਉਹ ਹਾਇਰ ਕਰਦੇ ਨੇ ਜੀ ਜਿਵੇਂ ਆ ਹੁਣ ਅंसारी ਵਾਲੇ ਕੇਸ ਦੇ ਵਿੱਚ ਆਪਾਂ ਵੇਖਿਆ ਵਾ ਕਿ ਉਹ ਹਾਇਰ ਕੀਤੇ ਵਕੀਲਾਂ ਦਾ ਬੜਾ ਰੋਲਾ ਪਿਆ ਜੀ ਤਾਂ ਇਸ ਕਰਕੇ ਉਹ ਜਿਹੜਾ ਮਾਮਲਾ ਹੈ ਹੁਣ ਕਿਸੇ ਖਾਸ ਕੇਸ ਦੇ ਵਿੱਚ ਕੋਈ ਖਾਸ ਵਕੀਲ ਕੀਤਾ ਜੀ ਤਪਕ ਕੀ ਕਹਿ ਸਕਦੇ ਹੋ ਸਕਦਾ ਕੀਤਾ ਹੋਵੇ ਹਾਂਜੀ ਤੇ ਇਹ ਹਰੇਕ ਸਰਕਾਰ ਦੇ ਵਿੱਚ ਕਰਦੇ ਨੇ ਕੀਤਾ ਇਦਾਂ ਹੀ ਜਾਂਦਾ ਹੈ ਜੀ ਹੁਣ ਜਦਾਂ ਮਤਲਬ ਕਿ ਦਿੱਲੀ ਵਾਲੇ ਉੱਥੇ ਇਹਨਾਂ ਨੇ ਨਿਯੁਕਤ ਕੀਤੇ ਆ ਜੀ ਪਰ فرض ਕਰੋ ਕੋਈ ਵੱਡਾ ਕੇਸ ਹੋਇਆ ਸੁਪਰੀਮ ਕੋਰਟ ਦੇ ਵਿੱਚ ਜੇ ਜਾਣਾ ਹੈ ਤਾਂ ਹੋ ਸਕਦਾ ਹੈ ਕਿ ਜਿਸ ਦੁਸ਼ਯੰਤ ਦਵੇ ਦਾ ਜ਼ਿਕਰ ਆਇਆ ਸੀਗਾ ਉਸੇ ਵਕੀਲ ਨੂੰ ਹਾਇਰ ਕਰੇ ਪੰਜਾਬ ਗਵਰਨਮੈਂਟ ਜੀ ਇਹ ਜੀ ਦਫਤਰ ਨੂੰ ਲੱਗੇ ਕਿ ਹਾਂ ਇਸ ਕੇਸ ਦੇ ਵਿੱਚ ਭਾਈ ਆ ਫਲਾਣਾ ਬੰਦਾ ਜਿਹੜਾ ਉਹ ਪੇਸ਼ ਹੋਏਗਾ ਜੀ ਤੇ ਇਹ ਚੱਲਦਾ ਸਿਲਸਿਲਾ ਚੱਲਦਾ ਹੈ ਜੀ ਜੀ ਇਹ ਹੁਣ ਤੁਸੀਂ ਕਿਸ ਕੇਸ ਦੇ ਮੁਤਲਕ ਕਹਿ ਰਹੇ ਹੋ ਕਿਸ ਪੇਸ਼ੀ ਤੇ ਕਹਿ ਰਹੇ ਹੋ ਹਾਂ ਜੀ ਥੋੜੀ ਜਾਣਕਾਰੀ ਹੋਰ ਸਾਂਝੀ ਕਰ ਦਿਓ ਫਿਰ ਥੋੜਾ ਆਸਾਨ ਹੋ ਜਾਏਗਾ ਜੀ ਤੇ ਇਧਰੋਂ ਹਰਪ੍ਰੀਤ ਹੌਲਕਰ ਜੀ ਕਿ ਭਾਏ ਭਾਏ ਛੜੇ ਹੀ ਪ੍ਰਧਾਨ ਮੰਤਰੀ ਬਣਦੇ ਆ ਜੀ ਅੜਵਾਨੀ ਦੇਖੋ ਵਿਆਹ ਹੋ ਅਸੀਂ ਰਹਿ ਗਿਆ ਜੀ ਇਸ ਕਰਕੇ ਬਣਦੇ ਬਣਦੇ ਜੀ ਕਹਿੰਦੇ ਕਿ ਇਹ ਵੀ ਅਜੀਬ ਇਤਫਾਕ ਜਾਣਕਾਰੀ ਦੇਖੋ ਕਿੱਥੋਂ ਕਿੱਥੋਂ ਕੱਢ ਕੇ ਲੈਂਦੇ ਆ ਜੀ ਜੀ ਕਿਉਂਕਿ ਉਸ ਤੋਂ ਪਿੱਛੇ ਤਾਂ ਫਿਰ ਇਹਨਾਂ ਦੀ ਹੈ ਹੀ ਨਹੀਂ ਨਾ ਕੋਈ ਜੀ ਪ੍ਰਧਾਨ ਵਾਲੀ ਗੱਲ ਪ੍ਰਧਾਨ ਮੰਤਰੀ ਬਣਨ ਵਾਲੀ ਗੱਲ ਬਾਜਪਾਈ ਤੋਂ ਸ਼ੁਰੂ ਹੁੰਦਾ ਜਿਆਦਾ ਜੀ ਜਨਤਾ ਪਾਰਟੀ ਵਾਲੇ ਹੈਗੇ ਸੀ ਕਿ ਮਰਾਰਜੀ ਦਸਾਈ ਜੀ ਜੀ ਉਹਨਾਂ ਬਾਰੇ ਹੁਣ ਪਤਾ ਨਹੀਂ ਹੈ ਕਿ ਉਹ ਗਏ ਸਨ ਕਿ ਕੋਈ ਮੈਨੂੰ ਯਾਦ ਨਹੀਂ ਆ ਬਿਲਕੁਲ ਜੀ ਪੰਜਾਬੀ ਸਿੰਘ ਇਟਲੀ ਤੋਂ ਆ ਜੀ ਕਹਿੰਦੇ ਕਿ ਖਿੱਚ ਕੇ ਕੰਮ ਰੱਖੋ ਚਲੋ ਧੰਨਵਾਦ ਤੁਹਾਡਾ ਜੀ ਸਲਿੰਦਰ ਜੀ ਧੰਨਵਾਦ ਤੁਹਾਡਾ ਵੀ ਨਾਲ ਦੀ ਨਾਲ ਤੇ ਮੈਂ ਕੋਈ ਹੋਰ ਕਮੈਂਟ ਦੇਖ ਲੈਣਾ ਜੀ ਇਹਨਾਂ ਛੜਿਆਂ ਨੂੰ ਨਹੀਂ ਜੀ ਕਹਿੰਦੇ ਕਿ ਆ ਆਰਐਸਐਸ ਦੇ ਵਰਕਰਾਂ ਨੂੰ ਪੈਨਸ਼ਨ ਲਗਾ ਰਹੇ ਨੇ ਜੀ ਕਹਿੰਦੇ ਕਿ ਖੁਸ਼ ਧਲੋਂ ਕਹਿ ਰਹੇ ਜੀ ਕਹਿੰਦੇ ਦੇਖੋ ਇਹ ਤਾਂ ਇਹ ਤਾਂ ਹੁਣ ਪਤਾ ਨਹੀਂ ਉਹਨਾਂ ਚ 1.5 ਲੱਖ ਚੋਂ ਕਿਹੜਾ ਆਰਐਸਐਸ ਨੂੰ ਕਰਦਾ ਹੈ ਜਾਂ ਕਿਹੜਾ ਕੀ ਕਰਦਾ ਪਰ ਉਹਨਾਂ ਨੇ ਤਾਂ ਸਾਰੇ ਸੂਬੇ ਵਾਸਤੇ ਲੈ ਜਾਂਦਾ ਹੈ ਨਾ ਸਾਰੇ ਸੂਬੇ ਵਾਸਤੇ ਕੋਈ ਸਕੀਮ ਨੂੰ ਲੈ ਜਾਂਦਾ ਹੈ ਜੀ ਤਾਂ ਉਹ ਸਾਰਿਆਂ ਤੇ ਲੱਗਣਾ ਉਹਨਾਂ ਨੇ ਇਹ ਨਹੀਂ ਪੁੱਛਣਾ ਕਿ ਤੇਰੇ ਕੋਲ ਸ਼ਾਖਾ ਦਾ ਕਾਰਡ ਬਣਿਆ ਲਾਠੀ ਹੈਗੀ ਹੈ ਖਾਖੀ ਕੱਚਾ ਹੈਗਾ ਕਿ ਨਹੀਂ ਜੀ ਉਹਨਾਂ ਨੇ ਥੋੜੀ ਪੁੱਛਣਾ ਤਾਂ ਸਕੀਮ 'ਚ ਜਿਹੜਾ ਵੀ ਆ ਗਿਆ ਜੀ ਸੋ ਅਗਲਿਆਂ ਦਾ ਭਾਈ ਸੂਬੇ 'ਚ ਹੈਗਾ ਤਾਂ ਉਹ ਕਰ ਹੀ ਜਾਂਦੇ ਆ ਜੀ ਉਹ ਤੇ ਬਥੇਰਾ ਕੁਝ ਕਰਦੇ ਉਹ ਤਾਂ ਪਾਣੀ ਬਚਾਉਣ ਵਾਸਤੇ 25-2500 ਕੇ 5-5000 ਰੁਪਈਆ ਵੀ ਦੇਂਦੇ ਸੀਗੇ ਜੀ ਅਸੀਂ ਰੇਕ ਗੱਲ ਤੇ ਨਿੰਦਦੇ ਆ ਨਾ ਕਿ ਆਰਐਸਐਸ ਆਰਐਸਐਸ ਪਤਾ ਨਹੀਂ ਕੀ ਹੈ ਉਹ ਆਪਣੇ ਸੂਬੇ ਪ੍ਰਤੀ ਵਰ ਕਰਦੇ ਆ ਕੰਮ ਬਿਲਕੁਲ ਬਿਲਕੁਲ ਇਹ ਪਾਣੀ ਚਾਉਣ ਵਾਸਤੇ ਸਪੈਸ਼ਲ ਯੋਜਨਾ ਲੈ ਕੇ ਆਏ ਸੀਗੇ ਬਿਲਕੁਲ ਇਹਨਾਂ ਦਾ ਤੂਰ ਸਾਹਿਬ ਤੋਂ ਦੁਬਾਰਾ ਕਮੈਂਟ ਆਇਆ ਜੀ ਕਹਿੰਨੇ ਕਿ ਜੀ ਇਹ ਮਨੀਸ਼ ਸੋਧਿਆ ਦੇ ਲਈ ਕਹਿ ਰਹੇ ਆ ਜੀ ਕਹਿੰਨੇ ਕਿ ਉਹਨਾਂ ਦੇ ਲਈ ਜੈਨ ਮਨੀਸ਼ ਸੋਧਿਆ ਕੇਸ ਦੇ ਵਿੱਚ ਹਾਂ ਕਹਿੰਨੇ ਕਿ ਜੈਨ ਲਾਇਰਸ ਨਹੀਂ ਕਹਿੰਨੇ ਪਰ ਉਹਦੇ ਵਿੱਚ ਤਾਂ ਅੱਗੇ ਵੀ ਹੋਇਆ ਨਾ ਸਤਿੰਦਰ ਜੈਨ ਵਿਲੇ ਵੀ ਤੇ ਇਦਾਂ ਹਾਇਰ ਕੀਤੇ ਗਏ ਵਕੀਲ ਹਾਂਜੀ ਸਤਿੰਦਰ ਜੈਨ ਵਿਲੇ ਵੀ ਤਾਂ ਸੇ ਸੋਧਿਆ ਕੇਸ ਦੇ ਵਿੱਚ ਵੀ ਹੋ ਸਕਦਾ ਉਹਨਾਂ ਨੇ ਹਾਇਰ ਕੀਤੇ ਹੋਣ ਤੇ ਇਹ ਉਹਨਾਂ ਦਾ ਖਰਚਾ ਤਾਂ ਬਹੁਤ ਵੱਡਾ ਬਣੇਗਾ ਨਾ ਕਿਉਂਕਿ ਲਗਾਤਾਰ ਪੇਸ਼ਕੀਆਂ ਪੈ ਰਹੀਆਂ ਨੇ ਇਹ ਵੀ ਦੇਖ ਲਓ ਇਹ ਕੋਈ ਦੋਚ ਅंसारी ਵਾਲੀਆਂ ਤਾਂ ਪੇਸ਼ਕੀਆਂ ਦੋ ਕੇ ਚਾਰ ਸੀ ਮੇਰੇ ਖਿਆਲ ਨਾਲ ਜੀ ਬਹਤ ਤੋਂ ਅੱਧਾ ਕਿ ਦਰਜਣ ਹੁੰਦੀਆਂ 6 ਦੇ ਕਰੀਬ ਹੋਣੀਆਂ ਜਿਹੜੀਆਂ ਸੁਪਰੀਮ ਕੋਰਟ 'ਚ ਪਈਆਂ ਸੀ ਫੈਸਲਾ ਆ ਗਿਆ ਸੀਗਾ ਤਾਂ ਆਹ ਤਾਂ ਤੁਸੀਂ ਦੇਖੋ ਕਿ ਲਿਕਰ ਪਾਲਿਸੀ ਜਦੋਂ ਦੀ ਆਈ ਉਹਦੋਂ ਤੋਂ ਹੀ ਮਾਮਲਾ ਚੱਲੀ ਜਾਂਦਾ ਹਾਂਜੀ ਤਾਂ ਪੇਸ਼ੀ ਦੇ ਹਿਸਾਬ ਨਾਲ ਜੇ ਦੇਖੋਗੇ ਤਾਂ ਫਿਰ ਬਹੁਤ ਮੋਟੀ ਰਕਮ ਬਣ ਜਾਏਗੀ ਜੀ 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 ਬਾਕੀ ਆਰਟੀਆਈ ਫਾਈਲ ਕਰਕੇ ਹੋਵੇ ਪਤਾ ਲੱਗ ਜਾਏਗਾ ਦਿੱਲੀ ਵਾਲਾ ਪੋਰਟਲ ਜੇ ਖੁੱਲਾ ਹੈ ਜੀ ਤੇ ਤੁਸੀਂ ਤੱਕ ਦਿਓ ਆਰਟੀ ਇੱਕ ਉਹ ਵੀ ਆ ਜਾਏਗਾ ਸਾਹਮਣੇ ਉਹ ਦੇਖ ਲੈਣੇ ਕਰ ਲੈਣੇ ਟਰਾਈ ਦਰਵਾਜ਼ਾ ਖੜਕਾ ਕੇ ਜੇ ਖੁੱਲਾ ਹੋਇਆ ਤਾਂ ਜੇ ਐਂਟਰੀ ਮਿਲ ਗਈ ਤਾਂ ਪਰਚੀ ਦੇ ਦਿਆਂਗੇ ਨਹੀਂ ਤਾਂ ਕਹਿ ਦਿਓ ਕੱਤੋਂ ਗੇਟ ਤੇ ਲਿਖਾਇਆ ਵੈਲਕਮ ਜਸੌਰੀ ਕਹਿ ਕੇ ਖਾਲੀ ਮੋੜ ਨਾ ਜੀ ਜੀ ਬਿਲਕੁਲ ਬਿਲਕੁਲ ਇਧਰੋਂ ਕਮਲਜੀਤ ਕੌਰ ਜੀ ਕਹਿ ਰਹੇ ਸੀ ਉੱਪਰ ਕਹਿੰਦੇ ਜੀ ਮਿੰਟੂ ਭਾਜੀ ਕਹਿੰਨੇ ਕਿ ਬੋਲੀਆਂ ਹੀ ਬੜੀਆਂ ਯਾਦ ਨਹੀਂ ਕਹਿੰਦੇ ਕਿ ਤੁਹਾਨੂੰ ਤਾਂ ਉਹ ਗਾਣੇ ਦੱਸੋ ਮੈਂ ਪੰਜਾਬੀ ਨਹੀਂ ਆਪਣੇ ਇੱਥੇ ਹੈ ਕੀ ਆ ਇਹ ਤੇ ਚੀਜ਼ਾਂ ਦੀ ਮੌਜ ਹੈ ਨਾ ਜੀ 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 ਮਹਾਵਰੇ ਖਾਫਤਾ ਇਦਾਂ ਤੁਰੀਆਂ ਆਉਂਦੀਆਂ ਜੀ ਪੀੜੀ ਦਰ ਪੀੜੀ ਜੀ 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 ਬਿਲਕੁਲ ਬਿਲਕੁਲ ਜੀ ਤੇ ਇਸ ਤੋਂ ਬਾਅਦ ਭਾਈ ਆਪਾਂ ਅੱਗੇ ਨੂੰ ਚੱਲੀਏ ਹਾਂ ਜੀ ਕੋਈ ਗੱਲ ਨਹੀਂ ਗਾਣਾ ਰਿਲੀਜ਼ ਹੋ ਰਿਹਾ ਜੀ ਕਹਿੰਦੇ ਕਿ ਅੱਜ ਚਲੋ ਵਧੀਆ ਜੀ ਵਧੀਆ ਗੱਲ ਕਿਹਦਾ ਹੋ ਰਿਹਾ ਉਹ ਸਿੱਧੂ ਮੂਸੇਵਾਲੇ ਦਾ ਚਲੋ ਠੀਕ ਹੈ ਜੀ ਜਿਹੜੇ ਉਹਦੇ ਪ੍ਰਸ਼ੰਸਕ ਹੈ ਭਾਈ ਸਾਡੇ ਵੱਲੋਂ ਉਹਨਾਂ ਨੂੰ ਅਗਾਊਂ ਵਧਾਈ ਬਿਲਕੁਲ ਬਿਲਕੁਲ ਇੰਜੋਏ ਕਰੋ